ਕਹਿੰਦੇ ਆ ਨਾ ਓਲਡ ਇਜ਼ ਗੋਲਡ, ਇਹ ਆਰਟੀਕਲ ਸੀ ਨੀਅਰ ਅਬਾਊਟ 3 ਤੋਂ 4 ਸਾਲ ਤੋਂ ਵੇਚਦੇ ਹਾਂ, ਅੱਜ ਵੀ ਜਦੋਂ ਪਾਈਦਾ ਅਤੇ ਉਦੋਂ ਆਪਾਂ ਸਮਝ ਲਓ ਕਿ 10-15 ਦਿਨ ਦੀ ਪ੍ਰੀ ਬੁੱਕ ਚੱਲ ਜਾਂਦੀ ਆ। ਹੁਣ ਮੈਂ ਕੁਆਂਟਿਟੀ 'ਚ ਰੈਡੀ ਕਰਾਇਆ, ਮੈਂ ਤੁਹਾਨੂੰ ਡਿਜ਼ਾਈਨ ਦਿਖਾਉਂਦਾ। ਇਹ ਸਾਡਾ ਜੋਨੀ ਓਨੀ, ਯੈਸ ਪਾਪਾ ਲੜੀਆਂ ਹੀ ਨਾ, ਦੇਖੋ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਕੋਈ ਘੇਰੇ ਦੀ ਪ੍ਰੋਬਲਮ ਆਉਂਦੀ ਹੈ, ਘੇਰਾ ਛੋਟਾ ਬਣ ਰਿਹਾ, ਵੱਡਾ ਬਣ ਰਿਹਾ, ਇਹ ਚੀਜ਼ ਇਹ 'ਚ ਕੋਈ ਨਹੀਂ। ਮਤਲਬ ਕਿ ਤੁਹਾਡਾ 27 ਘੇਰਾ ਕਰਾਤਾ, ਤੁਹਾਡਾ 25 ਹੈ, ਤੁਹਾਡਾ 26, ਜਿੰਨਾ ਮਰਜ਼ੀ ਬਣਾਓ, ਕੋਈ ਲੈਂਦੇ ਕੋਈ ਦਿੱਕਤ ਨਹੀਂ। ਔਰ ਦੇਖੋ ਇਹ ਆਏਗੀ ਸਲਵਾਰ, ਸਲਵਾਰ 'ਤੇ ਬਣਾ ਲਓ, ਬਾਜੂ 'ਤੇ ਬਣਾ ਲਓ, ਗਰਲਿਸ਼ ਕੋਨਸੈਪਟ ਮੋਰ ਬਣੇ ਆ, ਬੜਾ ਹਿੱਟ ਜਾਂਦਾ ਜਦੋਂ ਵੀ ਪਾਈਦਾ, ਬਹੁਤ ਹਿੱਟ ਜਾਂਦਾ। ਔਰ ਜੋਰਜੈਟ ਅਸੀਂ ਫੋਕਸ ਲਈ ਲਵਾਈ ਹੈ, 5 ਮਿੰਟ ਦੇਖੋ ਜੀ, ਇੰਨਾ ਲਵੈਂਡਰ ਵੱਟਾ ਆ ਗਿਆ। ਸੈਕਿੰਡ ਕਲਰ 'ਚ ਆਉਂਦਾ ਨਿਓਨ ਕਲਰ, ਸਾਰੇ ਟ੍ਰੈਂਡੀ ਕੁੜੀਆਂ ਵਾਲੇ ਡਿਫਰੈਂਟ ਕਲਰ ਦਿੱਤੇ ਆ ਕਿ, ਅਤੇ ਸਭ ਤੋਂ ਹਿੱਟ ਜਿਹੜਾ ਕਲਰ ਜਾਂਦਾ ਹੈ ਫੋਟੋ ਵਾਲਾ ਸਕਾਈ ਕਲਰ। ਇਹ ਦੇਖੋ ਇਹ ਆ ਗਿਆ ਆਪਣਾ ਸੂਟ, 5 ਮਿੰਟ ਜੋਰਜੈਟ ਦਾ, ਲੈਂਥ ਘੇਰੇ ਦੀ ਕੋਈ ਪ੍ਰੋਬਲਮ ਨਹੀਂ। ਔਰ ਇਹ ਦੇਖੋ ਜੀ ਇਹ ਆ ਗਈ ਤੁਹਾਡੀ ਬਾਜੂ ਜਾਂ ਸਲਵਾਰ, ਕੁਛ ਵੀ ਬਣਾ ਲਓ, ਆਪਾਂ ਥੱਲੇ ਕਢਾਈ, ਇਸ ਕਰਕੇ ਕਢਾਈ ਕੁਛ ਵੀ ਬਣਾ ਸਕਦੇ ਹਾਂ ਕਿ ਬਾਜੂ ਬਣਾ ਲਓ ਸਲਵਾਰ। ਔਰ ਦੁਪੱਟਾ ਜੋ ਆਏਗਾ ਤੁਹਾਡਾ ਉਹ ਆਏਗਾ ਜੋਰਜੈਟ ਦਾ, 5.25 ਮੀਟਰ ਦੁਪੱਟਾ ਆ ਗਿਆ ਜੋਰਜੈਟ ਦਾ, 4 ਸਾਈਡ ਸਮੋਸਾ ਲੈਸ ਲੱਗੀ, ਮਾਰਕੀਟ 'ਚ ਹਲਕਾ ਵੀ ਬਣ ਰਿਹਾ, ਹਰ ਤਰ੍ਹਾਂ ਦਾ ਬਣ ਰਿਹਾ। ਮੈਂ ਵੈਲਵਟ 'ਚ ਵੀ ਬਣਾਇਆ ਡਿਜ਼ਾਈਨ, ਹੁਣ ਜੋਰਜੈਟ 'ਤੇ ਗਰਮੀਆਂ ਦੇ ਹਿਸਾਬ ਨਾਲ ਸੁਪਰ ਡਿਜ਼ਾਈਨ ਹੈ, ਗਰਲਿਸ਼ ਜਿਵੇਂ ਵੱਖਰੇ ਸਿੰਪਲ ਘੇਰਾ ਔਰ ਸਿੰਪਲ ਦੁਪੱਟੇ ਨਾਲ ਸਲਵਾਰ ਅਤੇ ਬਾਜੂ ਦੋਵੇਂ 3 ਕਲਰ 'ਚ ਸੇਮ ਡੇਟ ਸਪੈਸ 'ਤੇ ਰੈਡੀ ਗਏ।